ਜਿੱਥੇ ਹਰ ਇਨਸਾਨ ਨੂੰ ਪੇਟ ਭਰ ਖਾਣਾ ਮਿਲਦਾ ਔਰ ਕਿਤੇ ਨਾ ਕਿਤੇ ਸੰਸਥਾ ਜਿਹੜੀ ਪੰਛੀ ਸੇਵਾ ਸੁਸਾਇਟੀ ਹੈ ਇਹ ਪੰਛੀਆਂ ਦਾ ਵੀ ਪੇਟ ਪਾਲਦੀ ਹੈ ਕਿਉਂਕਿ ਆਪਾਂ ਕਿਤੇ ਦੇਖਦੇ ਹਾਂ ਇੰਨੀ ਗਰਮੀ ਦੇ ਵਿੱਚ ਕਿਤੇ ਪਾਣੀ ਨਹੀਂ ਹੁੰਦਾ ਕਿਤੇ ਖਾਣ ਦਾ ਸਿਸਟਮ ਨਹੀਂ ਹੁੰਦਾ ਪੰਛੀ ਚਹਿਚਹਾ ਰਹੇ ਹੁੰਦੇ ਨੇ ਪਰ ਤਕਰੀਬਨ ਕਈ ਸਾਲਾਂ ਤੋਂ ਲਗਾਤਾਰ ਇਹ ਸੰਸਥਾ ਕੰਮ ਕਰ ਰਹੀ ਹੈ ਔਰ ਬਹੁਤ ਸ਼ਲਾਘਾਯੋਗ ਕਦਮ ਹੈ ਬੇਜਮਾਨ ਪੰਛੀ ਜਿਹੜੇ ਜਿਹਨਾਂ ਦਾ ਕੋਈ ਸਹਾਰਾ ਨਹੀਂ ਹੁੰਦਾ ਮਤਲਬ ਕਿ ਕਹਿੰਦਾ ਕਿ ਕੋਈ ਸਹਾਰਾ ਨਹੀਂ ਹੁੰਦਾ ਅੱਜ ਇਹ ਸਹਾਰਾ ਬਣ ਕੇ ਪੰਛੀਆਂ ਦਾ ਇਹ ਸੇਵਾ ਕਰ ਰਹੇ ਨੇ ਅਸੀਂ ਬਹੁਤ ਦਾਨ ਦਿੰਦੇ ਹਾਂ ਇਨਸਾਨ ਨੂੰ ਵੀ ਖਾਣਾ ਖਿਲਾਉਂਦੇ ਹਾਂ ਪਰ ਇਨਸਾਨ ਕਿਤੇ ਮੰਗ ਕੇ ਵੀ ਲੈ ਸਕਦਾ ਪਰ ਇਹ ਜਾਨਵਰ ਪੰਛੀ ਜਿਹੜੇ ਨੇ ਇਹ ਮੰਗ ਨਹੀਂ ਸਕਦੇ ਅੱਜ ਬਹੁਤ ਮੈਨੂੰ ਅੱਛਾ ਲੱਗਿਆ ਔਰ ਤਕਰੀਬਨ ਸਾਰਿਆਂ ਨੂੰ ਇੱਕ ਕਦਮ ਚੱਲ ਕੇ ਅੱਗੇ ਆਉਣਾ ਚਾਹੀਦਾ ਔਰ ਸਾਰੇ ਇਸ ਸਹਿਯੋਗ ਦੇਣ ਇਹਨਾਂ ਨੂੰ ਸੂਝ ਬੜੀ ਹੈ ਸਮਝ ਬੜੀ ਹੈ ਇਨਸਾਨ ਨਾਲ ਜ਼ਿਆਦਾ ਵਫ਼ਾਦਾਰ ਨੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਮਾਧਿਅਮ ਤੋਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਦੇਣਾ ਕਿਉਂਕਿ ਪੰਛੀ ਸੇਵਾ ਸੁਸਾਇਟੀ ਇੱਕ ਐਸਾ ਕਰਮ ਕਰ ਰਹੀ ਹੈ ਜੋ ਇਨਸਾਨੀਅਤ ਦੇ ਨਾਮ 'ਤੇ ਔਰ ਖਾਸ ਤੌਰ 'ਤੇ ਜਿਹੜੀ ਪਹਿਲਕਦਮੀ ਇਹਨਾਂ ਨੂੰ ਹੋਈ ਹੈ ਕਿਉਂਕਿ ਸਾਡਾ ਦੇਸ਼ ਪੀਰਾਂ ਪੰਗਪਰਾਂ ਔਰ ਖਾਸ ਤੌਰ 'ਤੇ ਦੇਵੀ ਦੇਵਤਿਆਂ ਦਾ ਸਥਾਨ ਹੈ ਜਿੱਥੇ ਹਰ ਇਨਸਾਨ ਨੂੰ ਪੇਟ ਭਰ ਖਾਣਾ ਮਿਲਦਾ ਔਰ ਕਿਤੇ ਨਾ ਕਿਤੇ ਸੰਸਥਾ ਜਿਹੜੀ ਪੰਛੀ ਸੇਵਾ ਸੁਸਾਇਟੀ ਹੈ ਇਹ ਪੰਛੀਆਂ ਦਾ ਵੀ ਪੇਟ ਪਾਲਦੀ ਹੈ ਕਿਉਂਕਿ ਆਪਾਂ ਕਿਤੇ ਦੇਖਦੇ ਹਾਂ ਇੰਨੀ ਗਰਮੀ ਦੇ ਵਿੱਚ ਕਿਤੇ ਪਾਣੀ ਨਹੀਂ ਹੁੰਦਾ ਕਿਤੇ ਖਾਣ ਦਾ ਸਿਸਟਮ ਨਹੀਂ ਹੁੰਦਾ ਪੰਛੀ ਚਹਿਚਹਾ ਰਹੇ ਹੁੰਦੇ ਨੇ ਪਰ ਤਕਰੀਬਨ ਕਈ ਸਾਲਾਂ ਤੋਂ ਲਗਾਤਾਰ ਇਹ ਸੰਸਥਾ ਕੰਮ ਕਰ ਰਹੀ ਹੈ ਔਰ ਬਹੁਤ ਸ਼ਲਾਘਾਯੋਗ ਕਦਮ ਹੈ ਕਿਉਂਕਿ ਸਾਡੇ ਮੇਰੇ ਵੱਡੇ ਭਾਈ ਅਸ਼ੋਕ ਥਾਪਰ ਜੀ ਦਰਸ਼ਨ ਬਵੇਜਾ ਜੀ ਔਰ ਸਾਰੀ ਟੀਮ ਲੱਗ ਕੇ ਰਾਜੂ ਮਲਕ ਜੀ ਔਰ ਤਕਰੀਬਨ ਨਾਗਪਾਲ ਸਾਹਿਬ ਜਿੰਨੀ ਵੀ ਟੀਮ ਹੈ ਬਵੇਜਾ ਸਾਹਿਬ ਖੜ੍ਹੇ ਨੇ ਨਾਗਪਾਲ ਪਿੱਛੇ ਸਾਰੇ ਮੇਰੇ ਦੋਸਤ ਜਿਹੜੇ ਰਾਜ ਸੇਵਾ ਸ਼ਹਿਰ ਦੀ ਕਰ ਰਹੇ ਨੇ ਉਹ ਤੱਕ ਮੈਂ ਜਿੱਥੇ ਇਹਨਾਂ ਦਾ ਧੰਨਵਾਦ ਕਰਨਾ ਆਸ ਕਰਦਾ ਕਿਉਂਕਿ ਬੇਜਮਾਨ ਪੰਛੀ ਜਿਹੜੇ ਜਿਹਨਾਂ ਦਾ ਕੋਈ ਸਹਾਰਾ ਨਹੀਂ ਹੁੰਦਾ ਮਤਲਬ ਕਿ ਕਹਿੰਦਾ ਕਿ ਕੋਈ ਸਹਾਰਾ ਨਹੀਂ ਹੁੰਦਾ ਅੱਜ ਇਹ ਸਹਾਰਾ ਬਣ ਕੇ ਪੰਛੀਆਂ ਦਾ ਇਹ ਸੇਵਾ ਕਰ ਰਹੇ ਨੇ ਪ੍ਰਭੂ ਕਿਰਪਾ ਕਰਨਗੇ ਮੈਂ ਅੱਗੇ ਬੈਠ ਕੇ ਗੱਲ ਕਰ ਰਿਹਾ ਸੀ ਥਾਪਰ ਸਾਹਿਬ ਕਿੰਨਾ ਕੁ ਵਜਨ ਚੱਕੀ ਫਿਰਦੇ ਆ ਇਹ ਬਹੁਤ ਵੱਡੀ ਇੱਕ ਸੰਕਲਪ ਹੈ ਅਸੀਂ ਬਹੁਤ ਦਾਨ ਦਿੰਦੇ ਹਾਂ ਇਨਸਾਨ ਨੂੰ ਵੀ ਖਾਣਾ ਖਿਲਾਉਂਦੇ ਹਾਂ ਪਰ ਇਨਸਾਨ ਕਿਤੇ ਮੰਗ ਕੇ ਵੀ ਲੈ ਸਕਦਾ ਪਰ ਇਹ ਜਾਨਵਰ ਪੰਛੀ ਜਿਹੜੇ ਨੇ ਇਹ ਮੰਗ ਨਹੀਂ ਸਕਦੇ ਅੱਜ ਬਹੁਤ ਮੈਨੂੰ ਅੱਛਾ ਲੱਗਿਆ ਔਰ ਜਿੱਥੇ ਬਣ ਸਕਿਆ ਮੈਂ ਇਹਨਾਂ ਨਾਲ ਸਹਿਯੋਗ ਕਰਕੇ ਔਰ ਜਿੱਥੇ ਜਿੱਥੇ ਮੇਰੀ ਲੋੜ ਹੋਏਗੀ ਮੈਂ ਹਾਜ਼ਰ ਵੀ ਹੋਊਂਗਾ ਆਪਣੇ ਮੂੰਹ ਨਹੀਂ ਕਹਿਣਾ ਚਾਹੀਦਾ ਔਰ ਜਿੱਥੇ ਫਾਈਨੈਂਸ਼ਲੀ ਵੀ ਲੋੜ ਪੈਗੀ ਮੈਂ ਨਾਲ ਬਿਲਕੁਲ ਮੋਢੇ ਨਾਲ ਮੋਢਾ ਜੋੜ ਖੜ੍ਹਾ ਇਹ ਤਾਂ ਬਹੁਤ ਵਧੀਆ ਕਰਾਂ ਮੈਨੂੰ ਇੱਕ ਵਾਰੀ ਅੱਗੇ ਵੀ ਆਉਣ ਦਾ ਮੌਕਾ ਮਿਲਿਆ ਸੀ ਅੱਜ ਮੈਨੂੰ ਪਰਿਵਾਰ ਦੇ ਨਾਲ ਆਉਣ ਦਾ ਮੌਕਾ ਮਿਲਿਆ ਸਾਰੀ ਸੰਸਥਾ ਦਾ ਮੈਂ ਧੰਨਵਾਦ ਕਰਦਾ ਕਿਉਂਕਿ ਇਹ ਕਦਮ ਮੈਨੂੰ ਕਿਤੇ ਦੇਖਣ ਨੂੰ ਨਹੀਂ ਮਿਲਿਆ ਪਰ ਪਹਿਲੀ ਵਾਰੀ ਇਹ ਜਿਹੜਾ ਕਦਮ ਚੱਕਿਆ ਸਿਸਟਮ ਨੇ ਜਿਹੜਾ ਚੱਲ ਰਿਹਾ ਇਹਦੇ ਵਿੱਚ ਸ਼ਹਿਰ ਵਾਸੀਆਂ ਨੂੰ ਸੇਧ ਮਿਲੀ ਹੈ ਔਰ ਸ਼ਹਿਰ ਵਾਸੀਆਂ ਨੂੰ ਸੋਚਣਾ ਵੀ ਚਾਹੀਦਾ ਕਿਉਂਕਿ ਸਾਡਾ ਸ਼ਹਿਰ ਜਿਹੜਾ ਨਾ ਇੰਡਸਟਰੀਸ ਟ੍ਰੇਡਰਸ ਵਪਾਰੀਆਂ ਦਾ ਸ਼ਹਿਰ ਹੈ ਔਰ ਤਕਰੀਬਨ ਸਾਰਿਆਂ ਨੂੰ ਇੱਕ ਕਦਮ ਚੱਲ ਕੇ ਅੱਗੇ ਆਉਣਾ ਚਾਹੀਦਾ ਔਰ ਸਾਰੇ ਇਸ ਸਹਿਯੋਗ ਦੇਣ ਕਿਉਂਕਿ ਇਹ ਮੰਗਦੇ ਨਹੀਂ ਜਿਹੜੀ ਟੀਮ ਹੈ ਕਿਸੇ ਮੰਗ ਕੇ ਨਹੀਂ ਲੈਂਦੀ ਪਰ ਕਿਤੇ ਨਾ ਕਿਤੇ ਇਕੱਲਾ ਇੰਨਾ ਬੋਝ ਵੀ ਨਹੀਂ ਚੱਕ ਸਕਦਾ ਅੱਜ ਸਾਨੂੰ ਲੋੜ ਹੈ ਸਾਰਿਆਂ ਨੂੰ ਇਹਦਾ ਟੀਮ ਦੇ ਨਾਲ ਮੋਢੇ ਨਾਲ ਮੋਢੇ ਜੋੜਨ ਦੀ ਔਰ ਇਸ ਟੀਮ ਦੇ ਸਹਾਰਾ ਬਣ ਕੇ ਆਪਾਂ ਉਹ ਬੇਜਮਾਨ ਪੰਛੀਆਂ ਨੂੰ ਜੋ ਇਹ ਸਹਾਇਤਾ ਕਰ ਰਹੇ ਉਹਦੇ ਯੋਗਦਾਨ ਪਾਈਏ ਐਕਚੁਅਲੀ ਠੀਕ ਹੈ ਤੁਹਾਡੀ ਗੱਲ ਵਾਜਬ ਹੈ ਸਰਕਾਰਾਂ ਇਨਸਾਨ ਦੇ ਵੱਲ ਦਲਿਤ ਵੱਲ ਹਰ ਵਰਗ ਵੱਲ ਧਿਆਨ ਦਿੰਦੀ ਹੈ ਪਰ ਇਹ ਵੀ ਇੱਕ ਇਨਸਾਨ ਦੀ ਤਰ੍ਹਾਂ ਨੇ ਔਰ ਤਕਰੀਬਨ ਇਹਨਾਂ ਨੂੰ ਸੂਝ ਬੜੀ ਹੈ ਸਮਝ ਬੜੀ ਹੈ ਇਨਸਾਨ ਨਾਲ ਜ਼ਿਆਦਾ ਵਫ਼ਾਦਾਰ ਨੇ ਔਰ ਮੈਂ ਕਹਿ ਸਕਦਾ ਵੀ ਜੇ ਅੱਜ ਆਪਾਂ ਉੱਪਰ ਦੇਖ ਲਈਏ ਇਹਨੂੰ ਪਤਾ ਲੱਗ ਗਿਆ ਵੀ ਅੱਜ ਮੇਰਾ ਸਾਡਾ ਖਾਣਾ ਆ ਗਿਆ ਅਤੇ ਉੱਪਰ ਦੇਖੋ ਸਾਰੇ ਐਂ ਚਹਿਚਹਾ ਰਹੇ ਨੇ ਔਰ ਤਕਰੀਬਨ ਮੈਂ ਆਸ ਕਰਦਾ ਕਿ ਆਪਾਂ ਨੂੰ ਸਾਰਿਆਂ ਨੂੰ ਸਾਰੇ ਪਰਿਵਾਰ ਇਕੱਠੇ ਹੋ ਕੇ ਇਹ 'ਚ ਕੋਈ ਵਰਗ ਵੀ ਅਲੱਗ ਨਹੀਂ ਹੋਣਾ ਚਾਹੀਦਾ ਹਰ ਵਰਗਾਂ ਨੂੰ ਇਹਦੇ ਵਿੱਚ ਸਹਿਯੋਗ ਦੇਣਾ ਚਾਹੀਦਾ 15 ਅਗਸਤ ਨੂੰ ਪਤੰਗ ਨਹੀਂ ਬਸੰਤ ਨੂੰ ਜਾਂ ਲੋਹੜੀ ਨੂੰ ਪਤੰਗ ਵਧਾਏ ਜਾਂਦੇ ਨੇ ਬਹੁਤ ਸਾਰੇ ਲੋਕ ਉਡਾਉਂਦੇ ਹਾਂ ਚਲੋ ਆਪਣਾ ਰੀਤੀ ਰਿਵਾਜ ਹਰ ਬੰਦੇ ਦਾ ਹੈ ਪਰ ਮੈਂ ਤਾਂ ਇਹ ਕਹਾਂਗਾ ਜਿਹੜਾ ਚਾਈਨਾ ਆਪਾਂ ਡੋਰ ਇਸਤੇਮਾਲ ਕਰਦੇ ਹਾਂ ਬਹੁਤ ਘਾਤਕ ਹੈ ਇਹਦੇ ਨਾਲ ਬੜੇ ਸਾਡੇ ਇਨਸਾਨਾਂ ਦੀ ਸਾਡੇ ਬੱਚਿਆਂ ਦੀ ਜਾਨ ਗਈ ਹੈ ਔਰ ਤਕਰੀਬਨ ਇਹ ਬਖਸ਼ਦੀ ਨਹੀਂ ਹੈ ਜਿੱਥੇ ਜਿੱਥੇ ਗਿਰ ਜਾਂਦੀ ਹੈ ਉੱਥੇ ਜੇ ਸਕੂਟਰ ਵਾਲਾ ਜਾਂ ਬਾਈਕ ਵਾਲਾ ਜਾਂ ਸਾਈਕਲ ਵਾਲਾ ਜਾ ਰਿਹਾ ਹੁੰਦਾ ਉਹਦੀ ਮੌਤ ਦਾ ਕਾਰਨ ਬਣਦੀ ਹੈ ਸਾਨੂੰ ਸਾਰਿਆਂ ਨੂੰ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਔਰ ਮੈਂ ਖਾਸ ਤੌਰ 'ਤੇ ਜਿਹੜੇ ਸੇਲਜ਼ਮੈਨ ਨੇ ਜਿਹੜੇ ਵੇਚਦੇ ਇਸ ਨੂੰ ਉਸ 'ਤੇ ਕਿਉਂਕਿ ਲੈਣ ਵਾਲਾ ਤਾਂ ਦੁਕਾਨ 'ਤੇ ਜਾ ਕੇ ਲਏਗਾ ਖਰੀਦੇਗਾ ਪਰ ਕਿਤੇ ਨਾ ਕਿਤੇ ਜੇ ਆਪਣੀ ਦੁਕਾਨ 'ਤੇ ਚੀਜ਼ ਨਹੀਂ ਹੋਏਗੀ ਆਪਾਂ ਨਹੀਂ ਖਰੀਦ ਕੇ ਲਿਆ ਕੇ ਲੋਕਾਂ ਦੇ ਵਿੱਚ ਸਪਲਾਈ ਕਰਾਂਗੇ ਔਰ ਕਿਤੇ ਨਾ ਕਿਤੇ ਇਸ ਚੀਜ਼ ਦੀ ਰਿਕਾਵਰ ਹੋ ਸਕਦੀ ਹੈ ਔਰ ਜਿੰਨੇ ਵੇਚਣ ਵਾਲੇ ਮੈਂ ਬੇਨਤੀ ਕਰੂੰਗਾ ਆਪਾਂ ਆਪ ਖੁਦ ਇਹਦਾ ਪਰਹੇਜ਼ ਕਰੀਏ ਔਰ ਇਹਦੇ ਵਿੱਚ ਲੋਕਾਂ ਦੀ ਜਾਨ ਦੇ ਵਿੱਚ
ਬਚਾਉਣ ਦੇ ਵਿੱਚ ਸਹਾਈ ਹੋਈ ਹੈ। ਠੀਕ ਹੈ ਜੀ। ਕਪਰ ਸਾਹਿਬ ਇੱਕ ਮਿੰਟ, ਇੱਕ ਛੋਟਾ ਜਿਹਾ ਗੱਲ ਪੁੱਛਣੀ ਸੀਗੀ। ਪਤਾ ਸਾਹਿਬ ਕਿੰਨਾ, ਕੱਲ੍ਹ ਇੱਕ ਵੀਡੀਓ ਆਈ ਸੀ ਪਰਸੋਂ ਦੀ, ਬੜੀ ਵਾਇਰਲ ਹੋ ਰਹੀ ਹੈ। ਇੱਕ ਛੋਟੀ ਬੱਚੀ ਸਕੂਲ ਤੋਂ ਆ ਰਹੀ ਸੀ, ਉਹਨੂੰ ਜੋ ਬੇਜਵਾਨ ਜਾਨਵਰ ਜਿਹੜੇ ਸੜਕਾਂ 'ਚ ਬੈਲ ਜਾਂ ਗਊਆਂ ਘੁੰਮ ਰਹੀਆਂ, ਉਹਨੇ ਚੱਕ ਚੱਕ ਕੇ ਰੋਂਦ ਰੋਂਦ ਕੇ। ਹਾਂ, ਤੁਹਾਡੀ ਗੱਲ ਵਾਜਬ ਹੈ। ਕਈ ਜਗ੍ਹਾ 'ਤੇ ਕਈ ਜਗ੍ਹਾ ਐਕਸੀਡੈਂਟ ਮਿਲਿਆ। ਅਸੀਂ ਕਰ ਲਿਆ ਜੀ ਉਪਰਾਲਾ। ਅਸੀਂ ਤਕਰੀਬਨ 10-15 ਦਿਨ ਪਹਿਲਾਂ ਮੋਗੇ ਦੀ ਇੱਕ ਧਰਮਸ਼ਾਲਾ ਗਊਸ਼ਾਲਾ ਹੈ ਬਹੁਤ ਵੱਡੀ, ਅਸੀਂ ਉਹਦਾ ਟਰਾਈ ਕਰ ਲਿਆ। ਔਰ ਤਕਰੀਬਨ ਮੈਂ ਵੀ, ਤੁਸੀਂ ਦੇਖਿਆ ਹੋਣਾ, ਪਿੱਛੇ 5-7 ਦਿਨ ਪਹਿਲਾਂ ਸਲੇਮ ਟਾਬਰੀ ਤੋਂ ਅਸੀਂ ਜਿਹੜੇ ਸਾਡੇ ਪਸ਼ੂ ਨੇ ਉਹਨਾਂ ਨੂੰ ਉੱਥੇ ਪਿੱਕ ਕਰਕੇ ਅਤੇ ਮੋਗੇ ਪਹੁੰਚਾਇਆ। ਔਰ ਮੁਹਿੰਮ ਬਹੁਤ ਤੇਜ਼ ਹੈ, ਮੇਰੇ ਨੌਰਥ ਤੋਂ ਹੀ ਚਾਲੂ ਹੋਈ ਹੈ। ਔਰ ਮੈਂ ਤਕਰੀਬਨ ਲਗਾਤਾਰ, ਅਸੀਂ ਪੁਆਇੰਟ ਦੇਖ ਲੈਣੇ, ਜਿਸ ਤਰ੍ਹਾਂ ਸਬਜ਼ੀ ਮੰਡੀ ਦੇ ਬਾਹਰ, ਜੱਸੀਆਂ ਰੋਡ 'ਤੇ, ਆਪਣਾ ਹਮੜਾ ਰੋਡ 'ਤੇ, ਇਹ ਜਿਹੜੇ ਪੁਆਇੰਟ ਨੇ ਜਿੱਥੇ ਅਵਾਰਾ ਪਸ਼ੂ ਜਿਹੜੇ ਆਪਾਂ ਲੋਕ ਛੱਡਦੇ ਨੇ, ਆਪ ਹੀ ਛੱਡਦੇ ਹਾਂ ਅਸੀਂ, ਛੱਡਦੇ ਨੇ, ਇਹ ਕਿਤੇ ਨਾ ਕਿਤੇ ਸਾਨੂੰ ਨੁਕਸਾਨ ਦਿੰਦੇ ਨੇ। ਅਸੀਂ ਬਿਲਕੁਲ ਟਰਾਈ ਕਰ ਲਿਆ ਲੁਧਿਆਣੇ ਦੀ ਕਾਰਪੋਰੇਸ਼ਨ ਵੱਲੋਂ, ਅਸੀਂ ਸਾਰੇ, ਸਾਨੂੰ ਪਿਕਅਪ ਗੱਡੀਆਂ ਵੀ ਸਾਡੇ ਕੋਲ ਹੈਗੀਆਂ ਨੇ, ਅਸੀਂ ਬਿਲਕੁਲ ਮੋਗੇ ਉਹਨਾਂ ਨੂੰ ਜਾਣਾ। ਬੱਗਾ ਜੀ, ਇੱਕ ਜਿਹੜਾ ਕੈਂਡ ਵਾਲੀ ਨਹਿਰ 'ਤੇ ਧਰਮ ਆਪਣੀ ਗਊਸ਼ਾਲਾ ਬਣੀ ਆ, ਉਹਨਾਂ ਕੋਲ ਗੱਡੀ ਵੀ ਹੈ, ਉਹ ਕਹਿੰਦੇ ਸੀਗੇ ਜੇਕਰ ਸਾਡੇ ਨਾਲ ਕੋਈ ਟਾਈਅਪ ਰੱਖਣਾ ਚਾਹੁੰਦੇ ਹਾਂ, ਅਸੀਂ ਸੇਵਾ ਵੀ ਕਰ ਸਕਦੇ। ਨਹੀਂ, ਬਿਲਕੁਲ ਵੈਲਕਮ ਜੀ, ਜੇ ਤੁਹਾਡੇ ਮਾਧਿਅਮ ਤੋਂ ਕੋਈ ਗੱਲ ਬਣਦੀ ਆ, ਤੁਹਾਡੇ ਸੰਪਰਕ 'ਚ ਹੈਗੇ ਤਾਂ ਮੈਨੂੰ ਮਿਲਾ ਦਿਓ, ਅਸੀਂ ਗੱਲ ਕਰ ਲਾਂਗੇ। ਸਾਡੇ ਦੋਸਤਾਂ ਨਾਲ ਬਵਿਜਾ ਜੀ ਖੜੇ ਨੇ, ਤੁਸੀਂ ਦੇਖਿਆ ਹੋਣਾ ਲੋਡੂਵਾਲ ਆਪਣੇ, ਇਹਨਾਂ ਨੇ ਬਹੁਤ ਵਧੀਆ ਗਊਸ਼ਾਲਾ ਬਣਾਈ ਹੋਈ ਆ, ਜਿੱਥੇ ਜਿਹੜੇ ਸਾਡੇ ਜ਼ਖਮੀ ਜਾਨਵਰ ਜਾਂ ਗਿਰੇ ਹੋਏ ਜਾਨਵਰ ਨੇ ਉਹਨੂੰ ਉਠਾ ਕੇ ਉੱਥੇ ਲਿਜਾ ਕੇ ਸੇਵਾ ਕਰਦੇ ਨੇ। ਇਸ ਤਰ੍ਹਾਂ ਹੀ ਬੜੇ ਦਾਨੀ ਸੱਜਣ ਨੇ ਜਿਹੜੇ ਲੋਕ ਸੇਵਾ ਕਰਦੇ ਨੇ।